अस्सलाम वालेकुम, क्या हाल चाल है? तुसा सारे ना ठीक हो? अच्छा, आज मैं तुसा ने वे डिस्कस कर सा पटवारी एक्चुअली कुछ भी आ तुसा सारे अपने वालदा दी गल छोड़ा समझा करो, चाहे तुसा जिथे भी हो कि सोडे हो पे देखो माड़ा अपना समझना है वा कि जदों असा छोटे होने हैं तो असा कि किस टाइम बुखार होना, असा कितना पढ़ना, असा क्या लाड़ा सबर, क्या अच्छा क्या बुरा, ਉਹ ਸਭ ਅਸਾਂ ਡਿਸਾਈਡ ਕਰਦੇ ਹਾਂ ਸਾਰੀ ਬਾ ਕਰਦੀ ਮਤਲਬ ਸਾਰੀ ਵਾਲਦਾ। ਅਤੇ ਜਦੋਂ ਅਸਾਂ ਬੜੇ ਉਜੁਲੇ ਹਾਂ ਤਾਂ ਜੋ ਅਸਾਂ ਕਰਦੇ ਹਾਂ ਬਸ ਅਸਾਂ ਕਿ ਉਹ ਸਹੀ ਲੱਗਣਾ ਜੋ ਵਾਲਦਾ ਕਰ ਰਹੇ ਹੋਵੇ। ਅਤੇ ਇਸ ਮਾਰਿਓ ਆਪਣੀ ਵਾਲਦਾ ਨਾਲ ਆਪਣਾ ਦੋਸਤਾਂ ਰਿਲੇਸ਼ਨ ਬਣਾਈ ਰੱਖੋ। ਉਹ ਪਠਵਾਰੀ 'ਚ ਆਖੜੇ ਆ ਸਾਰੀ ਪਠਵਾਰੀ 'ਚ ਕਿ ਮਾਓ ਨਹੀਂ ਬੱਧੀ ਨਹੀਂ ਖੋਲ੍ਹਣੀ ਚਾਹੀਦੀ, ਸਮਝ ਗਿਓ ਨਾ ਗੱਲਾਂ ਮਾਰਿਓ? ਅਤੇ ਇਸ ਮਾਰਿਓ ਗੱਲ ਇਸ ਤਰ੍ਹਾਂ ਹੀ ਕਿ ਐਕਚੁਲੀ ਕੁਝ ਲੋਕ ਪਤਾ ਨਹੀਂ ਆਪਣੇ ਆਪਣਾ ਤਰੀਕਾ, ਕੁਝ ਲੋਕ ਆਪਣੀਆਂ ਵਾਹ ਕੇ, ਕੁਝ ਅੰਮੀ ਆਖਣੇ, ਕੁਝ ਮੋਮ, ਅੱਜ ਕੱਲ੍ਹ ਤਾਂ ਮੋਮ ਤਾਂ ਕਹਿ ਕੁਝ ਲੋਕ ਬਾਣੇ। ਅਤੇ ਮੈਂ ਤਾਂ ਆਪਣੀ ਅੰਮੀ ਕੀ ਅੰਮੀ ਆਖਣੀ ਹਾਂ, ਅੱਛਾ ਵੀ ਲੱਗਣਾ। ਅਤੇ ਜਿਸ ਦਿਨ ਬਹੁਤ ਜ਼ਿਆਦਾ ਉਹਨਾਂ ਨੇ ਕਿਸੇ ਗੱਲ 'ਤੇ ਪਿਆਰ ਆ ਜੁਲੈ ਤਾਂ ਬੇਜੀ ਆਖਣੀ ਆ। ਹੁਣ ਤੁਸੀਂ ਵੀ ਕਮੈਂਟਸ 'ਚ ਦੱਸਣਾ ਕਿ ਤੁਸੀਂ ਆਪਣੀ ਵਾਲਦਾ ਕੀ ਕਹਿ ਕੇ ਆਖਣੇ ਹੋ, ਤਾਂ ਮਾੜੀ ਗੱਲ ਤੁਸੀਂ ਕਿ ਅੱਛੀ ਲੱਗੀ ਨਹੀਂ। ਪਲੀਜ਼ ਸਭ ਕੁਛ ਕਰਿਆ, ਇੱਕ ਵਾਲਦਾ ਨਾਲ ਦਿਲ ਨਾ ਦੁਖਾਇਆ ਹੈ, ਔਰ ਦੁਆ ਆਪਣੀ ਵਾਲਦਾ ਨੇ ਤਕਲੀਫ਼, ਖੁਸ਼ੀ, ਜ਼ਰੂਰਤ ਹਰ ਚੀਜ਼ ਪੁੱਛਣੇ ਰਿਹਾ, ਚਾਹੇ ਉਹਨਾਂ ਤੋਂ ਦੂਰ ਹੋ ਕਰੀਬ ਹੋ, ਕਿਉਂਕਿ ਵਾਲਦਾ ਨਹੀਂ ਦਵਾ ਇਨਸਾਨ ਦੀ ਜ਼ਿੰਦਗੀ 'ਚ ਬਹੁਤ ਮਾਇਨੇ ਰੱਖ ਲਓ। ਬਾਕੀ ਸਭ ਕੁਛ ਚੱਲਣਾ ਰਹਿਣਾ, ਬਾਕੀ ਚੀਜ਼ਾਂ ਕੀ ਕਿਆ ਕਰਨਾ, ਬਾਕੀ ਚੀਜ਼ਾਂ ਕੀ ਮਾਚਸ ਨਾਲ ਅੱਗ ਲਾਓ, ਵਾਲਦਾ ਨੇ ਗੱਲ ਕੀ ਓਕੇ ਕਰਨਾ। ਓਕੇ, ਮਾੜੀ ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਕਰਿਆ ਵੀ ਕੀ। ਓਕੇ, ਮਿਲਦੇ ਹਾਂ ਨੈਕਸਟ ਵੀਡੀਓ ਨਾਲ, ਅੱਲਾ ਹਾਫਿਜ਼।